ਅਸਲਾਮ ਵਾਲੇਕੁਮ ਸ਼ਹਿਜ਼ਾਦ ਡੋਗਰ ਡੋਗਰ ਮੋਟਰ ਤੋਂ ਅੱਜ ਹਮਜ਼ਾ ਭਾਈ ਆਏ ਨੇ ਸਾਡੇ ਕੋਲ ਅਤੇ ਮਾਸ਼ਾਅੱਲਾ ਇਹ ਸਾਡੇ ਇਨਵੈਸਟਰ ਬਣੇ ਨੇ ਸਾਡੇ ਨਾਲ ਕੰਮ ਕਰਨਗੇ ਸਾਡੀ ਟੀਮ ਦਾ ਹਿੱਸਾ ਬਣੇ ਨੇ ਇਨਸ਼ਾਅੱਲਾ ਹੁਣ ਤੁਹਾਨੂੰ ਮੇਰੇ ਮੋਢੇ ਦੇ ਨਾਲ ਇਹ ਨਜ਼ਰ ਆਉਂਦੇ ਰਹਿਣਗੇ ਇਨਸ਼ਾਅੱਲਾ ਮੇਰੇ ਵਾਧੂ ਬਣੇ ਨੇ ਜਿੰਦੇ ਵਾਸਤੇ ਰਹਿਣ ਅਤੇ ਖੁਸ਼ ਰਹਿਣ ਅਤੇ ਆਬਾਦ ਰਹਿਣ ਅਤੇ ਬਾਕੀ ਅੱਜ ਸਾਰਾ ਦਿਨ ਇਹਨਾਂ ਨੇ ਮੈਨੂੰ ਆਵਾਜ਼ ਕੀਤਾ ਸਾਰਾ ਦਿਨ ਮੇਰੀ ਗੱਲਾਂ ਸੁਣੀਆਂ ਨੇ ਇਹ ਤੁਹਾਨੂੰ ਆਪ ਦੱਸਣਗੇ ਕਿ ਡੋਗਰ ਕੋਲ ਆ ਕੇ ਇਹਨਾਂ ਨੂੰ ਕੈਸਾ ਲੱਗਾ ਦੱਸੋ ਬਸ ਇੱਕੋ ਹੀ ਗੱਲ ਆਈ ਲਵ ਯੂ ਡੋਗਰ ਸਾਹਿਬ ਗੱਲ ਹੈ ਕਿ ਇਹ ਹੁੰਦਾ ਮੁਹੱਬਤ ਇਹ ਹੁੰਦਾ ਪਿਆਰ ਉਹਨਾਂ ਕਿਹਾ ਡੋਗਰ ਸਾਹਿਬ ਮੈਨੂੰ ਕੰਮ ਕਰਾਓ ਮੈਂ ਕਿਹਾ ਜੀ ਆ ਜਾਓ ਫਿਰ ਹੋਣਾ ਕੰਮ ਕਰਨਾ ਚਾਹੀਦਾ ਪਰ ਕਰਨਾ ਕਿਸੇ ਇਨਸਾਨ ਦੇ ਉੱਤੇ ਨਾ ਚਾਹੀਦਾ ਬੰਦੇ ਨਾਲ ਕਰਨਾ ਚਾਹੀਦਾ ਉਹ ਇੱਥੇ ਗੱਲਾਂ ਨਾਲ ਸਾਰੇ ਬੰਦੇ ਮੰਨਦੇ ਨੇ ਕੰਮ ਦਾ ਕੋਈ ਤਰੀਕੇਕਾਰ ਹੁੰਦਾ ਹੈ ਅਸੀਂ ਅੱਲਾਹ ਦੇ ਕੰਮ ਨਾਲ ਲੋਕਾਂ ਦਾ ਕਾਰੋਬਾਰ ਵੀ ਕਰਾਉਂਦੇ ਨੇ ਅਸੀਂ ਕਾਰੋਬਾਰ ਵੀ ਕਰਾਉਂਦੇ ਹਾਂ ਲੋਕ ਕੀ ਕਰਦੇ ਲੋਕ ਉਧਾਰ ਗੜੀਆਂ ਵੇਚਦੇ ਨੇ ਇੰਝ ਕਰਦੇ ਨੇ ਉਹ ਕਰਦੇ ਨੇ ਅਸੀਂ ਇਹ ਕੰਮ ਨਹੀਂ ਕਰਦੇ ਅਸੀਂ ਕਹਿ ਤਾਂ ਕਰਦਾ ਨੇ ਕਹਿ ਚੀਜ਼ ਰਹਿੰਦੇ ਹਾਂ ਕਹਿ ਦਿੰਦੇ ਔਰ ਆਪਣੇ ਇਨਵੈਸਟਰ ਨੂੰ ਸੇਫ ਰੱਖਦੇ ਔਰ ਅਸੀਂ ਇਨਵੈਸਟਰ ਨਾਲ ਇੰਝ ਚੱਲਦੇ ਹਾਂ ਕਿ ਉਹਦਾ ਨੁਕਸਾਨ ਨਹੀਂ ਇੱਕ ਰੁਪਏ ਦਾ ਉਹਦੀ ਪੇਮੈਂਟ ਸੇਫ ਹੈ ਉਹਨੇ ਜਿਹੜੀ ਵੀ ਗੱਡੀ ਸਾਨੂੰ ਅਸੀਂ ਇਹਨਾਂ ਨੂੰ ਲੈ ਕੇ ਵਿਆਹ ਕਰਾਂਗੇ ਉਹਦੇ ਵਾਧਾ ਜਿਹੜਾ ਉਹਦੇ ਫਿਫਟੀ ਫਿਫਟੀ ਹੋਏਗਾ ਜੋ ਬਚੇਗਾ ਜਿਹੜਾ ਨੁਕਸਾਨ ਹੋਏਗਾ ਉਹ ਮੇਰਾ ਉਹ ਇਹਨਾਂ ਦਾ ਨਹੀਂ ਹੈ ਪੰਦਰਾਂ ਵੀਹ ਦਿਨ ਗੱਡੀ ਨਹੀਂ ਵਿਕਦੀ ਮੇਰੇ ਕੋਲ ਖੜੀ ਕਰਨਾ ਪੈਂਦਾ ਦੂਜੀ ਗੱਲ ਔਰ ਬੜਾ ਹੀ ਅੱਛਾ ਪਲੇਟਫਾਰਮ ਹੈ ਡੋਗਰ ਮੁੜ ਆਓ ਤੁਸੀਂ ਵੀ ਇਹਦਾ ਹਿੱਸਾ ਬਣੋ ਦੂਸਰੀ ਗੱਲ ਇੱਕ ਹੋਰ ਹੈ ਕਿ ਮੈਨੂੰ ਬੰਦਿਆਂ ਦੀ ਜ਼ਰੂਰਤ ਹੈ ਮੇਰੇ ਕੋਲ ਬੰਦੇ ਥੋੜ੍ਹੇ ਪੈ ਗਏ ਨੇ ਕਿਉਂਕਿ ਇੱਥੇ ਮੈਂ ਜਗ੍ਹਾ ਬਹੁਤ ਵੱਡੀ ਮਿਲ ਗਈ ਮੈਨੂੰ ਅਤੇ ਰਸ਼ ਬਹੁਤ ਜ਼ਿਆਦਾ ਹੋਣ ਲੱਗ ਪਿਆ ਔਰ ਇਸ ਲਈ ਮੈਨੂੰ ਬੰਦੇ ਜ਼ਿਆਦਾ ਚਾਹੀਦੇ ਨੇ ਅਗਰ ਕੋਈ ਬੰਦੇ ਹੈ ਨੇ ਕੰਮ ਕਰਨਾ ਚਾਹੁੰਦੇ ਨੇ ਪੈਸਿਆਂ ਦੀ ਕੋਈ ਜ਼ਰੂਰਤ ਨਹੀਂ ਪੈਸੇ ਕਿਸੇ ਨਹੀਂ ਚਾਹੀਦੇ ਸਿਰਫ ਬੰਦੇ ਚਾਹੀਦੇ ਨੇ ਜਿਹੜੇ ਕੰਮ ਕਰਨਾ ਜਾਣਦੇ ਹੋਣ ਆਓ ਸਾਡਾ ਹਿੱਸਾ ਬਣੋ ਡੋਗਰ ਮੋਟਰ ਦਾ ਡੋਗਰ ਮੋਟਰ ਦੇ ਪਾਰਟਨਰ ਬਣੋ ਇਨਸ਼ਾਅੱਲਾ ਤੁਹਾਨੂੰ ਚੱਸ ਆਏਗੀ ਤੁਹਾਨੂੰ ਸਵਾਦ ਆਏਗਾ ਤੁਸੀਂ ਬੜੇ ਬੜੇ ਬੰਦਿਆਂ ਨਾਲ ਕੰਮ ਕੀਤਾ ਹੋਏਗਾ ਸਾਡੇ ਨਾਲ ਕੰਮ ਕਰੋਗੇ ਅਤੇ ਇਨਸ਼ਾਅੱਲਾ ਇੱਕ ਤੁਹਾਡੀ ਇੱਜ਼ਤ ਵੀ ਇਜ਼ਾਫਾ ਹੋਏਗਾ ਔਰ ਦੂਸਰੀ ਗੱਲ ਹੈ ਕਿ ਤੁਹਾਡੇ ਜਿਸਮ ਵੀ ਇਜ਼ਾਫਾ ਹੋਏਗਾ ਕਿਉਂਕਿ ਅਸੀਂ ਆਪਣੇ ਨਬੀ ਪਾਕ ਦੇ ਫਰਮਾਨ ਤੇ ਚੱਲਦੇ ਹਾਂ ਔਰ ਉਹਨਾਂ ਦੇ ਫਰਮਾਨ ਤੇ ਚੱਲਣ ਵਾਲੇ ਦੁਨੀਆਂ ਦੇ ਘਾਟਾ ਕੋਲ ਨਹੀਂ ਅੱਗੇ ਵੀ ਘਾਟਾ ਕੋਲ ਦਸ ਪੁੱਤ ਦੀ ਗੱਲ ਮੁਕਾ ਦਿੱਤੀ ਹੈ ਸਭ ਕਰਕੇ ਆਇਆ ਆਓ ਡੋਗਰ ਮੋਟਰ ਦੇ ਮੇਰੇ ਨਾਲ ਮੀਟਿੰਗ ਕਰੋ ਬਹਿ ਕੇ ਮੈਂ ਤੁਹਾਨੂੰ ਕੰਮ ਕਰਨਾ ਸਿਖਾਵਾਂ ਜਿਸ ਤਰ੍ਹਾਂ ਮੇਰੇ ਲੀਡਰ ਭਾਈ ਪਰੇਸ਼ਾਨ ਹੈ ਅੱਜਕੱਲ੍ਹ ਕਾਰੋਬਾਰ ਤੋਂ ਕਿਉਂਕਿ ਬਾਹਰ ਕਾਰੋਬਾਰ ਹੈ ਕੋਈ ਨਹੀਂ ਬੜੇ ਹਾਲਾਤ ਖਰਾਬ ਨੇ ਸ਼ੋਰੂਮ ਵਾਲੇ ਬੜੇ ਤੰਗ ਹੋਏ ਪਏ ਨੇ ਵਿਚਾਰੇ ਸ਼ੋਰੂਮ ਆਪਣੇ ਛੱਡਣ ਨੂੰ ਫਿਰਦੇ ਨੇ ਪਰ ਹੁਣ ਕੀ ਕਰਨ ਵਿਚਾਰੇ ਉਹ ਆਖਦੇ ਨੇ ਯਾਰ ਹੋਰ ਕੰਮ ਕੋਈ ਨਹੀਂ ਅਸੀਂ ਕਰ ਸਕਦੇ ਆਓ ਇਹ ਸ਼ੋਰੂਮ ਤੁਹਾਡਾ ਆਪਣਾ ਹੈ ਇਹਨੂੰ ਆ ਕੇ ਚਲਾਓ ਇਹ ਤੁਹਾਡਾ ਆਪਣਾ ਸਿਸਟਮ ਹੈ ਸਾਰਾ ਇਹ ਤੁਹਾਡੇ ਵਾਸਤੇ ਬਣਾਇਆ ਐਡਾ ਵੱਡਾ ਸ਼ੋਰੂਮ ਹੈ ਐਡਾ ਵੱਡਾ ਸੈਟਅਪ ਹੈ ਇੰਨੀ ਗੱਡੀ ਲੱਗ ਜਾਂਦੀ ਜਿੰਨੀ ਮਰਜ਼ੀ ਗੱਡੀ ਵੇਚੋ ਕੋਈ ਟੈਨਸ਼ਨ ਨਹੀਂ ਇਹ ਤਾਂ ਗੱਡੀਆਂ ਵੀ ਤੁਹਾਡੀਆਂ ਸੇਫ ਤੁਸੀਂ ਵੀ ਸੇਫ ਸਭ ਤੋਂ ਪਹਿਲੇ ਤੁਹਾਡਾ ਤਹਫ਼ ਫਿਰ ਆਪਣਾ ਸੋਚਣਾ ਸੀ ਇਨਸ਼ਾਅੱਲਾ ਜਿਹਦੇ ਵਾਸਤੇ ਰਹੋ ਖੁਸ਼ ਰਹੋ ਅਤੇ ਆਬਾਦ ਰਹੋ ਜੀ ਡੋਗਰ ਮੋਟਰ ਦੇ ਨਾਂ ਤੋਂ ਅਲਜਲੀਲ ਗਾਰਡਨ ਦੇ ਅੰਦਰ ਬ੍ਰਾਂਚ ਅਸੀਂ ਬਣਾਈ ਹੈ ਮੇਨ ਹੈਡ ਆਫਿਸ ਸਾਡਾ ਇੱਥੇ ਹੀ ਹੈ ਦੂਜੀ ਸਾਡੀ ਲਾਹੌਰ ਦੇ ਵਿੱਚ ਕੋਈ ਬ੍ਰਾਂਚ ਨਹੀਂ ਖਿਆਬਨ ਇਕਨਾਹ ਰੋਡ ਤੁਸੀਂ ਅਸੀਂ ਬੰਦ ਕਰ ਦਿੱਤੀ ਹੈ ਦੂਸਰੀ ਬ੍ਰਾਂਚ ਸਾਡੀ ਨਨਕਾਣਾ ਸਾਹਿਬ ਹੈ ਲੇਕਿਨ ਉੱਥੇ ਮੇਰੇ ਛੋਟੇ ਭਾਈ ਹੁੰਦੇ ਨੇ ਜਿਹਨਾਂ ਨੂੰ ਉੱਧਰ ਜਿਹੜੇ ਉਸ ਸਾਈਡ 'ਤੇ ਕੰਮ ਕਰਦੇ ਨੇ ਜਾਂ ਉੱਧਰ ਸਾਈਡ 'ਤੇ ਹੈਗੇ ਨੇ ਉਹ ਇਸ ਵਾਸਤੇ ਬਣਾਈ ਕਿ ਜਿਹੜੇ ਉਸ ਸਾਈਡ ਦੇ ਲੋਕ ਨੇ ਉੱਥੋਂ ਜਾ ਕੇ ਗੱਡੀ ਪੀ ਸਕਣ ਇਸ ਸਾਈਡ 'ਤੇ ਇਸ ਲਈ ਬਣਾਈ ਕਿ ਲਾਹੌਰ ਦੇ ਨਜ਼ਦੀਕ ਜਿਹੜੇ ਲੋਕ ਨੇ ਉਹ ਇੱਥੇ ਆ ਸਕਣ ਔਰ ਹੁਣ ਕੋਈ ਜ਼ਰੂਰਤ ਨਹੀਂ ਤੁਹਾਨੂੰ ਕਿਤੇ ਸਮਨਾਬਾਦ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਤੇ ਹੋਰ 'ਤੇ ਜਾਣ ਦੀ ਕੋਈ ਜ਼ਰੂਰਤ ਨਹੀਂ ਖਿਆਬਾ ਨਜਨਾ ਰੋਡ 'ਤੇ ਜਾਣ ਦੀ ਆਓ ਡੋਗਰ ਮੋਟਰ ਦੇ ਤੁਹਾਡਾ ਆਪਣਾ ਸ਼ੋਰੂਮ ਹੈ ਇਹਨੂੰ ਆ ਕੇ ਕਾਮਯਾਬ ਕਰੋ ਫਿਰ ਇਹਨੂੰ ਚਲਾਓ ਆ ਕੇ ਤੁਹਾਡੀ ਜ਼ਰੂਰਤ ਹੈ ਡੋਗਰ ਮੋਟਰ ਨੂੰ ਕਿਉਂਕਿ ਬੰਦਿਆਂ ਦੀ ਕਮੀ ਹੈ ਰਿਜ਼ਕ ਦੀ ਕਮੀ ਇੱਥੇ ਕੋਈ ਨਹੀਂ ਉਹ ਕਿਉਂਕਿ ਅਸੀਂ ਅਸੂਲਾਂ ਨਾਲ ਚੱਲਦੇ ਹਾਂ ਜਿਹੜਾ ਅਸੂਲਾਂ ਨਾਲ ਕੰਮ ਕਰਦਾ ਭਾਵੇਂ ਉਹਦੇ ਕੋਲ ਪੈਸੇ ਨਹੀਂ ਹੈਗੇ ਸਾਨੂੰ ਲਾਓ ਇਹਨਾਂ